ਅਸੀਂ ਆਪਣੇ ਆਨਰੇਬਲ ਮਨਿਸਟਰ ਹਰਜੋਤ ਭੰਜੀ ਨੇ ਸਾਨੂੰ ਪ੍ਰਾਈਡੋ ਪੰਜਾਬ ਦੇ ਅਵਾਰਡ ਨਾਲ ਸਨਮਾਨਿਤ ਕੀਤਾ ਕਿ ਮਤਲਬ ਜੋ ਅਸੀਂ ਕੰਮਕਾਰ ਕਰ ਰਹੇ ਆ ਲੇਕਿਨ ਬਹੁਤ ਅੱਛੇ ਰਿਜ਼ਲਟ ਆ ਰਹੇ ਨੇ ਨਾ ਅਭੀ ਸ਼ਕਤੀ ਅਮ੍ਰਿਤ ਦੇ ਤੋਂ ਨਿਝ ਪੌਣ ਨਾਲ ਜਿਹੜੇ ਤੇਲ ਦੇ ਤੁਪਕੇ ਉਹਦੇ ਨਾਲ ਕੀ ਹੁੰਦਾ ਦੇਖੋ ਅਗਰ ਸਾਡੀ ਧੁੰਨੀ ਦੇ ਵਿੱਚ ਤੇਲ ਸਰੋਂ ਦਾ ਤੇਲ ਜਾਂ ਦੇਸੀ ਘਿਓ ਲੈਣੇ ਨਾਲ ਚੇਂਜਸ ਆ ਸਕਦੀ ਹੈ ਬੋਡੀ ਦੇ ਵਿੱਚ ਜਿਹਦਾ ਸਾਡੇ ਛਾਣੇ ਲਾਂਦੇ ਹੁੰਦੇ ਸੀ ਸਾਡੀਆਂ ਦਾਦੀਆਂ ਨਾਨੀਆਂ ਹਨਾ ਜੋ ਸਾਡਾ ਪਿਛੋਕਰ ਸੀ ਉਹਨਾਂ ਦੀ ਮੁਦਰਾਮਾ ਵੀ ਸਹੀ ਸੀ ਅਸੀਂ ਉਹੀ ਮੁਦਰਾਮਾ ਬਾਰੇ ਤੁਹਾਨੂੰ ਦੱਸਦੇ ਆ ਤੇ ਕੋਈ ਕੰਸਲਟੈਂਸੀ ਫੀਸ ਨਹੀਂ ਹੁੰਦੀ ਸਾਡੀ ਤੁਹਾਨੂੰ ਪਤਾ ਹੀ ਆ ਉਹ ਪੰਜ ਤੱਤਾਂ ਦੇ ਇਨ ਬੈਲੈਂਸ ਹੋਣ ਦੇ ਨਾਲੇ ਸਾਨੂੰ ਰੋਗ ਲੱਗਦਾ ਕੋਈ ਵੀ ਹਵਾ ਅੱਗ ਆਕਾਸ਼ ਮਿੱਟੀ ਇਹ ਪੰਜ ਤੱਤ ਹੈ ਅੱਜ ਤੁਹਾਡੇ ਨਾਲ ਉਹੀ ਲੋਕ ਹੈਗੇ ਨੇ ਜਿਹੜੇ ਕਿਸੇ ਵੇਲੇ ਤੁਹਾਡੇ ਮਰੀਜ਼ ਬਣ ਕੇ ਆਏ ਸੀ ਅੱਜ ਤੁਹਾਡੇ ਨਾਲ ਖੜੇ ਨੇ ਕੀ ਕਹੋਗੇ ਤੁੰਨੀਲਾ ਨੁਸਖਾ ਹੈਗਾ ਇਹ ਫਾਰਮੂਲਾ ਹੈ ਕਿਹੜੇ ਕਿਹੜੇ ਰੋਗਾਂ ਦੇ ਵਿੱਚ ਸਹਾਇਤਾ ਕਰਦਾ ਉਹਨਾਂ ਨੂੰ ਦੂਰ ਕਰਨ ਦੇ ਵਿੱਚ ਵੀ ਜਿੱਦਾਂ ਡਿਪਰੈਸ਼ਨ ਮਾਈਗਰੇਨ ਅੱਧਾ ਸਿਰ ਦਰਦ ਕੰਨਾਂ ਦੀ ਪ੍ਰੋਬਲਮ ਆਵਾਜ਼ ਦੀ ਪ੍ਰੋਬਲਮ ਸੁੰਘਣੇ ਚ ਪ੍ਰੋਬਲਮ ਉਹ ਕਿਉਂ ਹੁੰਦੀ ਆ ਉਸ ਕਾਰਨ ਤੇ ਅਸੀਂ ਕੰਮ ਕਰਦੇ ਹੋਂ ਕਿਹੜੇ ਤੱਤ ਦੇ ਇਨਬੈਲੈਂਸ ਹੋਣ ਦੇ ਨਾਲ ਹੁੰਦਾ ਹੈ ਕੀ ਪ੍ਰੋਬਲਮ ਲੈ ਕੇ ਆਸੀ ਤੇ ਹੁਣ ਤੁਸੀਂ ਇਹਨਾਂ ਦੇ ਸਟਾਫ ਦਾ ਹਿੱਸਾ ਹੋ ਮੇਰੇ ਫਾਦਰ ਸਾਹਿਬ ਨੂੰ ਸ਼ੂਗਰ ਸੀਗੀ ਤੇ ਮੇਰੇ ਸਿਰ ਦਰਦ ਰਹਿੰਦਾ ਸੀਗਾ ਤੇ ਬੈਕ ਪੇਨ ਇਹ ਤਿੰਨੇ ਚੀਜ਼ਾਂ ਤੋਂ ਮੈਨੂੰ ਬਹੁਤ ਜ਼ਿਆਦਾ ਫਿੱਟ ਬੈਨੀਫਿਟ ਮਿਲਿਆ ਹੈ ਦਵਾਈਆਂ ਨਾਲ ਨਾ ਵੀ ਸ਼ਕਤੀਆਂ ਮਿਲਦਾਂ ਆਪਣੇ ਬੇਸਿਕਲੀ ਮਦਰ ਵਾਸਤੇ ਮੈਂ ਸ਼ੂਗਰ ਦੀ ਮੈਡੀਸਿਨ ਲੈਣ ਆਇਆ ਸੀਗਾ ਤੇ ਜਦੋਂ ਤੋਂ ਉਹਨਾਂ ਨੇ 2014 ਤੋਂ 2017 ਤੱਕ ਮੰਮਾ ਨੇ ਯੂਜ਼ ਕੀਤੀ ਮਦਰ ਦੀ ਤੇ ਇੱਕਦਮ ਇਨਸੂਲਿਨ ਲੈਵਲ ਵਗੈਰਾ ਉਹਨਾਂ ਦਾ ਡ੍ਰੌਪ ਵੀ ਇਨਸੂਲਿਨ ਲਗਾਉਂਦੇ ਸੀ ਉਹ ਯੂਜ਼ ਕਰਦੇ ਸੀਗੇ ਉਹ ਬੰਦ ਹੋ ਗਈ। ਬੜੀਆਂ ਬਲੇਸਿੰਗਸ ਨੇ ਕਿ ਸਾਨੂੰ ਇਹ ਅਵਾਰਡ ਮਤਲਬ ਵਾਸਤੇ ਅਸੀਂ ਤਿਆਰ ਹੋਏ ਚੁਣੇਗੇ ਸलाम नमस्ते ਸਤਿ ਸ਼ਕਾਲ ਹਕੀਕਤ ਟੀਵੀ ਪੰਜਾਬੀ ਦੇਖ ਰਹੇ ਹੋ ਤੁਸੀਂ ਤੁਹਾਡੇ ਨਾਲ ਮੈਂ ਹਾਕਾਸਿਫ ਫਾਰੂਕੀ ਕੁਝ ਕੁ ਮਹੀਨੇ ਪਹਿਲਾਂ ਅਸੀਂ ਤੁਹਾਨੂੰ ਇੱਕ ਪੰਚ ਕਰਮਾ ਥੈਰੇਪਿਸਟ ਮਿਸਟਰ ਕੁੰਦਨ ਸਿੰਘ 蒂ਮਾਨ ਹੋਰਾਂ ਨਾਲ ਮਿਲਾਇਆ ਸੀ ਜੋ ਧੁੰਨੀ ਦੇ ਵਿੱਚ ਦਵਾਈ ਪਾ ਕੇ ਤੇਲ ਪਾ ਕੇ ਬਹੁਤ ਸਾਰੇ ਰੋਗਾਂ ਦਾ ਇਲਾਜ ਕਰਨ ਦਾ ਦਾਵਾ ਕਰਦੇ ਸਨ ਤੇ ਜਿਹੜਾ ਉਸ ਤੋਂ ਬਾਅਦ ਜਦੋਂ ਅਸੀਂ ਵੀਡੀਓ ਪਾਈ ਵੀਡੀਓ ਪਾਉਣ ਤੋਂ ਬਾਅਦ ਉਹ ਪੂਰੀ ਦੁਨੀਆ ਦੇ ਵਿੱਚ ਵਾਇਰਲ ਹੋਈ ਵਾਇਰਲ ਹੋਣ ਤੋਂ ਬਾਅਦ ਸੈਂਕੜੇ ਲੋਕਾਂ ਨੇ ਉਸ ਫਾਰਮੂਲੇ ਤੋਂ ਉਸ 3 ਰੁਪਏਲੇ ਨੁਸਖੇ ਤੋਂ ਜਿਹੜਾ ਆਪਣਾ ਬਹੁਤ ਸਾਰੀਆਂ ਦਿੱਕਤਾਂ ਪਰੇਸ਼ਾਨੀਆਂ ਸਰੀਰ ਦੇ ਵਿੱਚੋਂ ਦੂਰ ਕੀਤੀਆਂ ਤੇ ਉਹ قافਲਾ ਬਣਦਾ 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 ਅੱਜ ਇੱਕ ਵੱਡਾ ਰੂਪ اختیار ਕਰ ਗਿਆ ਹੈ ਸਾਡੇ ਨਾਲ ਅੱਜ ਕੁੰਦਨ ਸਿੰਘ ਧਮਾਨ ਨੇ ਜਿਹੜੀ ਕਿ ਲੁਧਿਆਣਾ ਪਹੁੰਚੇ ਨੇ ਖਾਸ ਕਰਕੇ ਹੋਟਲ ਰੈਡੀਸਨ ਬਲੂ ਦੇ ਵਿੱਚ ਕੀ ਪ੍ਰੋਗਰਾਮ ਹੈ ਕੀ ਅੱਜ ਉਹਨਾਂ ਨਾਲ ਹੋਇਆ ਉਹਨਾਂ ਦੇ ਹੱਥ ਦੇ ਵਿੱਚ ਇੱਕ ਮੋਮੈਂਟੋ ਵੀ ਹੈ ਇਹਨਾਂ ਬਾਬਤ ਪੁੱਛਦਿਆਂ ਕੀ ਹੈ ਕੁੰਦਨ ਜੀ ਬਹੁਤ ਬਹੁਤ ਸਵਾਗਤ ਹੈ ਹਕੀਕਤ ਟੀਵੀ ਪੰਜਾਬੀ ਤੇ ਇੱਕ ਵਾਰ ਫੇਰ ਜੀ ਨਮਸਕਾਰ ਹਾਂ ਜੀ ਜੀ ਅੱਛਾ ਅੱਜ ਤੁਸੀਂ ਲੁਧਿਆਣੇ ਪਹੁੰਚੇ ਹੋ ਕੀ ਕਾਰਨ ਕੀ ਹੈ ਲੁਧਿਆਣੇ ਪਹੁੰਚਣ ਦਾ ਖਾਸ ਕਰਕੇ ਦੇਖੋ ਇੱਥੇ ਜੋ ਅਸੀਂ ਕੰਮਕਾਰ ਕਰ ਰਹੇ ਹਾਂ ਮਤਲਬ ਮਾਰਕੀਟ ਦੇ ਵਿੱਚ ਫ੍ਰੀ ਕੈਂਪਿੰਗ ਵੀ ਕਰਦੇ ਆ ਧੁੰਨੀ ਵਾਲੀ ਦਵਾਈ ਨੂੰ ਲੈ ਕੇ ਜਿੱਦਾਂ ਕਿ ਕਈ ਲੋਕਾਂ ਨੂੰ ਸ਼ੱਕ ਹੁੰਦਾ ਵੀ ਧੁੰਨੀ ਚ ਦਵਾਈ ਪਾਣ ਨਾਲ ਵਾਕੀ ਬੰਦਾ ਠੀਕ ਹੁੰਦਾ ਹੈ ਹਨਾ ਤਾਂ ਉਹ ਹੋਇਆ ਉਹ ਐਸਾ ਮਤਲਬ ਚਮਤਕਾਰ ਹੋਇਆ ਕੁਦਰਤ ਵੱਲੋਂ ਕਿ ਸਾਨੂੰ 8-10 ਕੰਪਨੀ ਨੇ ਵੀ ਕਾਪੀ ਕਰਨਾ ਸ਼ੁਰੂ ਕੀਤਾ ਔਰ ਮਾਰਕੀਟ ਦੇ ਵਿੱਚ ਐਸਾ ਆਇਆ ਕਿ ਸ਼੍ਰੀ ਆਪਣੇ ਆਨਰੇਬਲ ਮਿਨਿਸਟਰ ਹਰਜੋਤ ਭੈਂਸ ਜੀ ਨੇ ਸਾਨੂੰ ਪ੍ਰਾਈਡੋ ਪੰਜਾਬ ਦੇ ਅਵਾਰਡ ਨਾਲ ਸਨਮਾਨਿਤ ਕੀਤਾ ਕਿ ਮਤਲਬ ਜੋ ਅਸੀਂ ਕੰਮਕਾਰ ਕਰ ਰਹੇ ਆ ਲੇਕਿਨ ਬਹੁਤ ਅੱਛੇ ਰਿਜ਼ਲਟ ਆ ਰਹੇ ਨੇ ਨਾ ਅਭੀ ਸ਼ਕਤੀ ਅਮਰਿਤ ਦੇ ਬਹੁਤ ਸਾਰੇ ਲੋਕਾਂ ਨੂੰ ਤਾਂ ਹਜੇ ਵੀ ਬਹੁਤ ਸਾਰੀਆਂ ਅਸੀਂ ਕਹਿ ਲਈ ਕਿ ਵਹਿਮ ਨੇ ਕਿ ਜੀ ਧੋਨਿਚ ਪਾਉਣ ਨਾਲ ਜਿਹੜੇ ਤੇਲ ਦੇ ਤੁਪਕੇ ਉਹਦੇ ਨਾਲ ਕੀ ਹੁੰਦਾ ਦੇਖੋ ਅਗਰ ਸਾਡੇ ਧੁੰਨੀ ਦੇ ਵਿੱਚ ਤੇਲ ਸਰੋਂ ਦਾ ਤੇਲ ਜਾਂ ਦੇਸੀ ਘਿਓ ਨਾਲ ਚੇਂजेस ਆ ਸਕਦੀ ਹੈ ਬੋਡੀ ਦੇ ਵਿੱਚ ਜਿਹੜਾ ਸਾਡੇ ਸਿਆਣੇ ਲਾਂਦੇ ਹੁੰਦੇ ਸੀ ਸਾਡੀਆਂ ਦਾਦੀਆਂ ਨਾਨੀਆਂ ਹਨ ਜੋ ਸਾਡਾ ਪਿਛੋਕਰ ਸੀ ਉਹਨਾਂ ਦੀ ਮੁਦਰਾਮਾ ਵੀ ਸਹੀ ਸੀ ਅਸੀਂ ਉਹੀ ਮੁਦਰਾਮਾ ਬਾਰੇ ਤੁਹਾਨੂੰ ਦੱਸਦੇ ਆ ਤੇ ਕੋਈ ਕੰਸਲਟੈਂਸੀ ਫੀਸ ਨਹੀਂ ਹੁੰਦੀ ਸਾਡੀ ਤੁਹਾਨੂੰ ਪਤਾ ਹੀ ਆ ਤੇ ਉਹੀ ਮੁਦਰਾਮਾ ਬਾਰੇ ਦੱਸਦੇ ਆ ਉਹੀ ਸਾਰਾ ਕੁਝ ਕਰਨੇ ਨੂੰ ਕਹਿੰਦੇ ਜੋ ਸਾਡੇ ਸਿਆਣੇ ਕਰਦੇ ਹੁੰਦੇ ਸੀ ਕਿਉਂਕਿ ਧੁੰਨੀ ਨਾਲੇ ਸਰੀਰ ਸਾਰਾ ਬਣਿਆ ਹੋਇਆ ਹੈ 72864 ਨਾੜੀਆਂ ਜੋ ਹੈ ਸਰੀਰ ਦੇ ਨਾਲ ਅਟੈਚ ਹੈ ਤੇ ਉਹੀ ਸਰੀਰ ਨੂੰ ਚਲਾਉਂਦੀਆਂ ਨੇ ਕੋ ਅੱਖ ਕੰਨ ਨੱਕ ਦਿਮਾਗ ਸਾਰਾ ਕੁਝ ਸਾਡਾ ਨਾੜੀ ਤੰਤਰ ਤੇ ਹੀ ਕੰਮ ਕਰਦਾ ਏ ਔਰ ਦੂਜਾ ਅਸੀਂ ਪੰਜ ਤੱਤਾਂ ਦੇ ਇਨ ਬੈਲੈਂਸ ਹੋਣ ਦੇ ਨਾਲ ਕੀ ਹੁੰਦਾ ਹੈ ਉਹ ਵੀ ਸਾਰਾ ਕੁਝ ਦੱਸਦੇ ਆ ਤੇ ਕਿਉਂਕਿ ਜਿਹੜੀ ਰੋਗ ਦੀ ਜੜਾ ਹੈ ਕਾਰਨ ਹੈ ਉਹ ਪੰਜ ਤੱਤਾਂ ਦੇ ਇਨ ਬੈਲੈਂਸ ਹੋਣ ਦੇ ਨਾਲੇ ਸਾਨੂੰ ਰੋਗ ਲੱਗਦਾ ਕੋਈ ਵੀ ਹਵਾ ਅੱਗ ਆਕਾਸ਼ ਮਿੱਟੀ ਇਹ ਪੰਜ ਤੱਤ ਹੈ ਵਾਤ ਵੀ ਕਾਫੀ ਇਨ ਤੋਂ ਬਾਅਦ ਤਿੰਨ ਦੋਸ਼ ਹੈ ਸਾਡੇ ਸਰੀਰ ਦੇ ਵਿੱਚ ਅਗਰ ਪੰਜ ਤੱਤਾਂ ਦਾ ਅਸਰ ਸਾਡੀ ਬਾਡੀ ਤੇ ਨਹੀਂ ਪੈਂਦਾ ਜਿਵੇਂ ਗਰਮੀ 'ਚ ਕਿਸੇ ਨੂੰ ਪਸੀਨਾ ਨਹੀਂ ਆਉਂਦਾ ਹੈਨਾ ਸਰਦੀ ਵਿੱਚ ਪਸੀਨਾ ਆਉਂਦਾ ਹੈ ਹੈਨਾ ਠੰਡ 'ਚ ਠੰਡ ਜਿਆਦਾ ਲੱਗਦੀ ਆ ਕਮ ਸਕ ਮਤਲਬ ਕਹਿੰਦਾ ਵੀ ਇਮਿਊਨਿਟੀ ਵੀ ਉਹ ਸਾਡੀ ਹਰਕਤਾਂ ਸਾਡੀ ਟ੍ਰੈਂਬਲਿੰਗ ਸਾਡਾ ਕੰਬਣਾ ਸਾਡੇ ਸਰੀਰ ਦਾ ਸਾਡੀ ਅਲਰਜੀ ਕਿਸੇ ਵੀ ਤਰ੍ਹਾਂ ਦੀ ਉਹ ਸਭ ਪੰਜ ਤੱਤਾਂ ਤੇ ਨਿਰਤਪਿਤ ਕਰਦੀ ਆ ਅਸੀਂ ਤਾਂ ਇਹ ਕਹਿੰਦੇ ਵੀ ਧੁੰਨੀ ਵਿੱਚ ਦਵਾਈ ਪਾਓ ਸਰੀਰ ਨੂੰ ਤੰਦਰੁਸਤ ਬਣਾਓ ਪੰਜ ਤੱਤਾਂ ਨੂੰ ਬੈਲੈਂਸ ਵਿੱਚ ਲਿਆਓ ਬਾਡੀ ਨੂੰ ਤੰਦਰੁਸਤ ਬਣਾਓ ਅੱਜ ਤੁਹਾਡੇ ਨਾਲ ਉਹੀ ਲੋਕ ਹੈਗੇ ਨੇ ਜਿਹੜੇ ਕਿਸੇ ਵੇਲੇ ਤੁਹਾਡੇ ਮਰੀਜ਼ ਬਣ ਕੇ ਆਏ ਸੀ ਅੱਜ ਤੁਹਾਡੇ ਨਾਲ ਖੜੇ ਨੇ ਕੀ ਕਹੋਗੇ ਦੇਖੋ ਉਹਨਾਂ ਨੂੰ ਵੀ ਲੱਗਿਆ ਵੀ ਇਹ ਕੰਮ ਜੋ ਅਸੀਂ ਕਰ ਰਹੇ ਆ ਇਹ ਸਮਾਜ ਤੋਂ ਹਟਕੇ ਆ ਔਰ ਇਹਦੇ ਵਿੱਚ ਮਤਲਬ ਅਸੀਂ ਕਿਸੇ ਦਾ ਅੱਗਾ ਨਹੀਂ ਮਾਰਦੇ ਨਾ ਕਿਸੇ ਦੀ ਪੈਸੇ ਦੀ ਬਰਬਾਦੀ ਕਰਦੇ ਆ ਲੇਕਿਨ ਅਸੀਂ ਤਾਂ ਇੱਕ ਭਲੇ ਦਾ ਕੰਮ ਕਰ ਰਹੇ ਆ ਕਿਤੇ ਨਾ ਕਿਤੇ ਇਹਨਾਂ ਨੂੰ ਲੱਗਿਆ ਵੀ ਮੈਂ ਸਹੀ ਕੰਮ ਕਰ ਰਹੇ ਤੇ ਮੇਰੇ ਨਾਲ ਚੱਲ ਰਹੇ ਆ ਤੇ ਅੱਜ ਮਤਲਬ 100 ਪਲੱਸ ਦੀ ਮੇਰੀ ਟੀਮ ਹੋ ਚੁੱਕੀ ਆ ਤੁੰਨੀ ਵਾਲਾ ਨੁਸਖਾ ਹੈਗਾ ਇਹ ਫਾਰਮੂਲਾ ਹੈ ਕਿਹੜੇ ਕਿਹੜੇ ਰੋਗਾਂ ਦੇ ਵਿੱਚ ਸਹਾਇਤਾ ਕਰਦਾ ਉਹਨਾਂ ਨੂੰ ਦੂਰ ਕਰਨ ਦੇ ਵਿੱਚ ਦੇਖੋ ਹੁਣ ਸਾਰੇ ਰੋਗ ਪੰਜ ਤੱਤਾਂ ਦੇ ਨਾਲ ਹੀ ਰਿਲੇਟਡ ਆ ਤੁੰਨੀ ਦੇ ਵਿੱਚ ਕੁਝ ਵੀ ਲਾਉਣ ਦੀ ਪ੍ਰਕਿਰਿਆ ਨੂੰ ਜਿੱਦਾਂ ਸਰੋਂ ਦਾ ਤੇਲ ਜਾਂ ਕਿ ਇਹ ਕੁਝ ਵੀ ਕਹਿ ਲਓ ਉਸ ਪ੍ਰਕਿਰਿਆ ਨੂੰ ਉਹੀ ਪੰਚਕਰਮਾ ਕਿਹਾ ਜਾਂਦਾ ਹੈ ਔਰ ਨਾੜੀ ਤੰਤਰ ਤੇ ਇਹ ਕੰਮ ਹੁੰਦਾ ਹੈ ਇਹਦੇ ਨਾਲ ਸਾਡੇ ਪੰਜ ਤੱਤ ਆ ਜਾਂਦੇ ਆ ਬੋਡੀ ਦੇ ਵਿੱਚ ਅਸੀਂ ਮੁਦਰਾਮਾ ਵੀ ਦੱਸਦੇ ਆ ਵੀ ਜਿੱਦਾਂ ਡਿਪਰੈਸ਼ਨ ਮਾਈਗਰੇਨ ਅੱਧਾ ਸਿਰ ਦਰਦ ਕੰਨਾਂ ਦੀ ਪ੍ਰੋਬਲਮ ਆਵਾਜ਼ ਦੀ ਪ੍ਰੋਬਲਮ ਸੁੰਘਣੇ ਚ ਪ੍ਰੋਬਲਮ ਉਹ ਕਿਉਂ ਹੁੰਦੀ ਆ ਉਸ ਕਾਰਨ ਤੇ ਅਸੀਂ ਕੰਮ ਕਰਦੇ ਹਾਂ ਕਿਹੜੇ ਤੱਤ ਦੇ ਇਨ ਬੈਲੈਂਸ ਹੋਣ ਦੇ ਨਾਲ ਹੁੰਦਾ ਹੈ ਜਿਵੇਂ ਬੱਚਾਦਾਨੀ ਦੀਆਂ ਸੋਲੀਆਂ ਫੰਗਲ ਇਨਫੈਕਸ਼ਨ ਪੀਰੀਅਡਸ ਪ੍ਰੋਬਲਮ ਲੇਡੀਜ਼ ਨੂੰ ਹੁੰਦੀ ਹੈ ਲਿਕੋਰੀਆ ਹੁੰਦਾ ਹੈ ਤਾਤ ਹੁੰਦੀ ਆ ਮਤਲਬ ਗੁਪਤ ਰੋਗ ਜੋ ਬੰਦਿਆਂ ਦੇ ਹਰ ਲੇਡੀਜ਼ ਦੇ ਨੇ ਉਹ ਕਿਹੜੇ ਤੱਤ ਦੀ ਘਾਟ ਬਾਦ ਕਰਕੇ ਹੁੰਦਾ ਹੈ ਉਸ ਤੱਤ ਤੇ ਉਸ ਕਾਰਨ ਤੇ ਅਸੀਂ ਕੰਮ ਕਰਦੇ ਆ ਐਕਸਰਸਾਈਜ਼ ਐਕਸਰਸਾਈਜ਼ ਵੀ ਦੱਸ ਦਿਓ ਤੁਸੀਂ ਕੁਝ ਦੇਖੋ ਟੋਪਿਕ ਇਹ ਬਹੁਤ ਲੰਬਾ ਹੋ ਜਾਣਾ ਹੈ ਜਿੱਦਾਂ ਮੈਂ ਤੁਹਾਨੂੰ ਦੱਸ ਰਿਹਾ ਵੀ ਜ਼ਿਆਦਾਤਰ ਲੋਕਾਂ ਨੂੰ ਸਾਇਲੈਂਟ ਮਤਲਬ ਅਟੈਕ ਆ ਰਹੇ ਨੇ ਜਮ ਦੇ ਬੱਚਿਆਂ ਨੂੰ ਵੀ ਹਾਰਟਰ ਪ੍ਰੋ ਉਦੀ ਮਦਰ ਨੂੰ ਕਿਹੜਾ ਤਤ ਦੀ ਘਾੜਤੀ ਜਿੱਦੇ ਕਰਕੇ ਉਹਨੂੰ ਪ੍ਰੋਬਲਮ ਆਈ ਆ ਉਸ ਚੇਨ ਨੂੰ ਅਸੀਂ ਬ੍ਰੇਕ ਕਰ ਸਕਦੇ ਆ ਮਤਲਬ ਜਿਹੜਾ ਪੀੜੀਦਰ ਪੀੜੀ ਸਾਨੂੰ ਕੋਈ ਰੋਗ ਗਿਫਟ ਚ ਮਿਲਿਆ ਹੈ ਉਸ ਚੇਨ ਨੂੰ ਅਸੀਂ ਬ੍ਰੇਕ ਕਰ ਸਕਦੇ ਆ ਪੰਜ ਤਤਾਂ ਤੇ ਕੰਮ ਕਰਕੇ ਨਾੜੀ ਤੰਤਰ ਤੇ ਕੰਮ ਕਰਕੇ ਇਸ ਵਾਸਤੇ ਤੁਹਾਨੂੰ ਸਾਡੇ ਕੋਲ ਇੱਕ ਵਾਰੀ ਸਾਡੇ ਆਫਿਸ ਘਨੋਲੀ ਬੈਰੀਅਰ ਜੋ ਰੋਪੜ ਤੋਂ 9 ਕਿਲੋਮੀਟਰ ਹੈ ਸ਼੍ਰੀ ਆਨੰਦਪੁਰ ਸਾਹਿਬ ਰੋਡ ਤੇ ਆ ਆਨੰਦਪੁਰ ਸਾਹਿਬ 7.30 ਕਿਲੋਮੀਟਰ ਹੈ ਉੱਥੇ ਤੁਸੀਂ ਆ ਕੇ ਸਾਨੂੰ ਮਿਲ ਸਕਦੇ ਆ ਵੀਰਵਾਰ ਨੂੰ ਛੱਡ ਕੇ ਜਦ ਮਰਜੀ ਆਓ ਫ੍ਰੀ ਕੰਸਲਟੈਂਸੀ ਆ ਤੁਹਾਡੇ ਸਰੀਰ ਦੇ ਪੰਜ ਤਤਾਂ ਤੇ ਅਸੀਂ ਕੰਮ ਕਰਦੇ ਆ ਨਾੜੀ ਤੰਤਰ ਤੇ ਅਸੀਂ ਕੰਮ ਕਰਦੇ ਆ ਔਰ ਮੇਰੀ ਇੱਕ ਰਿਕੁ ਯਾ ਐਲੋਪੈਥੀ ਮੈਡੀਸਿਨ ਨੂੰ ਲੈ ਕੇ ਸਟਾਰਟ ਕੀਤਾ ਏ ਉਹਨੂੰ ਪੂਰਾ ਕਰਿਆ ਕਰੋ ਅੱਧ ਪਚਾਲੇ ਨਾ ਛੱਡਿਆ ਕਰੋ ਪੂਰਾ ਕਰਨ ਤੋਂ ਬਾਅਦ ਕੋਈ ਡਿਸੀਜਨ ਲਿਆ ਕਰੋ ਕਿਉਂਕਿ ਮਾਮਲਾ ਤੁਹਾਡੇ ਸ਼ਰੀਰ ਦਾ ਏ ਮਾਮਲਾ ਤੁਹਾਡੀ ਹੈਲਥ ਦਾ ਏ ਜੀ ਜੀ ਸੋ ਸਾਡੇ ਨਾਲ ਕਿਸੇ ਵੇਲੇ ਕੁੰਦਨ ਸਿੰਘ ਟੀਮਾਨ ਹੋਰਾਕੁਲ ਮਰੀਜ਼ ਬਣ ਕੇ ਆਏ ਤੇ ਅੱਜ ਉਹਨਾਂ ਦੇ ਨਾਲ ਖੜੇ ਉਹਨਾਂ ਨਾਲ ਵੀ ਅਸੀਂ ਗੱਲਬਾਤ ਕਰਦੇ ਆਂ ਤੁਹਾਡਾ ਕੀ ਨਾਂ ਹੈ ਭਾਈ ਮੇਰਾ ਨਾਮ ਗੁਰਪ੍ਰੀਤ ਦਾ ਤੁਹਾਡੀ ਵੀਡੀਓ ਬੜੀ ਵਾਇਰਲ ਹੋਈ ਸੀ ਹਾਂਜੀ ਬਾਕੀ ਪ੍ਰੋਬਲਮ ਲੈ ਕੇ ਆਇਸੀ ਤੇ ਹੁਣ ਤੁਸੀਂ ਇਹਨਾਂ ਦੇ ਸਟਾਫ ਦਾ ਹਿੱਸਾ ਹੋ ਮੇਰੇ ਫਾਦਰ ਸਾਹਿਬ ਨੂੰ ਸ਼ੂਗਰ ਸੀਗੀ ਤੇ ਮੇਰੇ ਸਿਰ ਦਰਦ ਰਹਿੰਦਾ ਸੀਗਾ ਤੇ ਬੈਕ ਪੇਨ ਇਹ ਤਿੰਨੇ ਚੀਜ਼ਾਂ ਤੋਂ ਮੈਨੂੰ ਬਹੁਤ ਜ਼ਿਆਦਾ ਫਿਟ ਬੈਨੇਫਿਟ ਮਿਲਿਆ ਹੈ ਦਵਾਈ ਪਾਣ ਨਾਲ ਨਾ ਵੀ ਸ਼ਕਤੀ ਅਮਰਤ ਨਾਲ ਫਿਰ ਮੈਂ ਸੋਚਿਆ ਕਿ ਕੋਈ ਲੋਕ ਕੰਮ ਕਰਦਾ ਹੈ ਨਹੀਂ ਚਲੋ ਇਹ ਕਰ ਲੈਂਦੇ ਬਾਜੀ ਸਾਹਿਬ ਨੇ ਕਿਹਾ ਵੀ ਚਲੋ ਕੋਈ ਗੱਲ ਨਹੀਂ ਉਰੇ ਆਏ ਕਰੋ ਤੇ ਹੌਲੀ ਹੌਲੀ ਟ੍ਰੇਨਿੰਗ ਲੰਦੇ ਹੋਏ ਤਕਰੀਬਨ ਹੁਣ ਕਾਫੀ ਨੋਲਜ ਆ ਗਈ ਹੈ ਜੀ ਜੀ ਸਾਡੇ ਨਾਲ ਇੱਕ ਹੋਰ ਵੀ ਸ਼ਖਸ ਹੈਗੇ ਨੇ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਕਿਨਾ ਜੀ ਤੁਹਾਡਾ ਮੇਰਾ ਗੁਰਰਾਮ ਸਿੰਘ ਹੈ ਜੀ ਅੱਛਾ ਤੁਸੀਂ ਇਹਨਾਂ ਦੀ ਟੀਮ ਦਾ ਹਿੱਸਾ ਹੋ ਕਿਵੇਂ ਅਸ਼ੀਰਵਾਦ ਦੇ ਕੇ ਰੱਖਦੇ ਹੋ ਬਿਲਕੁਲ ਜੀ ਬਿਲਕੁਲ ਮੈਨੂੰ ਆਪ ਖੁਦ ਬਹੁਤ ਪ੍ਰੋਬਲਮ ਸੀ ਜੀ ਇਸ ਬੋਡੇ ਦੇ ਵਿੱਚ ਮੇਰੀ ਕਈ ਸਾਲਾਂ ਦੀ ਪ੍ਰੋਬਲਮ ਜਿਹੜੀ ਜਕੜਨ ਸੀ ਇਹ ਹਿਲਦਾ ਨਹੀਂ ਸੀ ਉੱਪਰ ਥੱਲੇ ਨਹੀਂ ਹੁੰਦਾ ਸੀ ਲੇਕਿਨ ਇਸ ਮੈਡੀਸਨ ਪਾਉਣ ਦੇ ਨਾਲ ਤਿੰਨ ਕਿ ਮਹੀਨੇ ਬਾਅਦ ਜਿਹੜਾ ਮੇਰਾ ਇਹ ਮੈਨੂੰ ਰੀਲੀਫ ਮਿਲ ਗਿਆ ਜਿਹੜਾ ਮੈਂ ਇਸ ਟਾਈਮ ਤੁਹਾਨੂੰ ਬਾਹ ਸਿੱਧੀ ਕਰਕੇ ਦਿਖਾ ਸਕਦਾ ਜਿਹੜੀ ਮੈਂ ਬਿਲਕੁਲ ਇਹ ਇੱਥੇ ਪਿੱਛੇ ਨਹੀਂ ਕਰ ਸਕਦਾ ਸੀ ਤੇ ਫਿਰ ਇਹ ਬਾਹ ਤੇ ਜਿਹੜਾ ਤੁਹਾਨੂੰ ਅਵਾਰਡ ਮਿਲਿਆ ਵੀ ਤਾਂ ਚੱਕ ਕੇ ਦਿਖਾਓ ਸਿੱਧੀ ਤਾਂ ਹੀ ਹੋਈ ਬਿਲਕੁਲ ਇਹ ਅਵਾਰਡ ਵੀ ਸਾਡੀ ਕੰਪਨੀ ਦਾ ਜੀ ਇਹ ਸਾਡੀ ਕੰਪਨੀ ਨੂੰ ਮਿਲਿਆ ਕੋਮਲ ਸਿੰਘ ਧਵਾਨ ਸਾਰੀ ਜਿਹੜੀ ਸਾਡੀ ਟੀਮ ਆ ਉਹਨੂੰ ਮਿਲਿਆ ਜੀ ਕਿਹਨੇ ਦਿੱਤੇ ਜੀ ਪ੍ਰਾਈਜ਼ ਅੱਜ ਕਿਵੇਂ ਕੀ ਅੱਜ ਹਰ ਆਪਣਾ ਬੈਂ ਸਾਹ ਵਾਇਓ ਸੀ ਮਿਨਿਸਟਰੀ ਜੀ ਐਜੂਕੇਸ਼ਨ ਮਿਨਿਸਟਰੀ ਜੇਲ ਮਿਨਿਸਟਰੀ ਉਹ ਤੁਹਾਡੇ ਇਲਾਕੇ ਦੇ ਹੀ ਨੇ ਬਿਲਕੁਲ ਜੀ ਬਿਲਕੁਲ ਉਹ ਸਾਡੇ ਇਲਾਕੇ ਦੇ ਨੇ ਲੇਕਿਨ ਹੋਰ ਵੀ ਕਈਆਂ ਨੂੰ ਉਹਨਾਂ ਨੇ ਜਿਹੜੇ ਪ੍ਰਾਈਜ਼ ਦਿੱਤੇ ਆ ਜੀ ਉਹਦੇ ਵਿੱਚ ਸਾਨੂੰ ਵੀ ਸਾਡੀ ਨਾਭੀ ਸ਼ਕਤੀ ਅਮਰ ਹੋਪ ਹਰਵਲੀ ਨੂੰ ਚੁਣਿਆ ਗਿਆ ਸੀ ਜੀ ਤੇ ਬਹੁਤ ਅੱਛਾ ਲੱਗਿਆ ਸਾਨੂੰ ਇਹ ਅਸੀਂ ਲੋਕਾਂ ਦੀ ਸੇਵਾ ਕਰ ਰਹੇ ਹਾਂ ਔਰ ਪ੍ਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਐਸੀ ਤਰ੍ਹਾਂ ਸੇਵਾ ਕਰਦੇ ਰਹੀ ਜੀ 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 ਸੜਨ ਵਾਲੀ ਇੱਕ ਨੌਜਵਾਨ ਵੀ ਨੇ ਉਹਨਾਂ ਨਾਲ ਵੀ ਅਸੀਂ ਗੱਲਬਾਤ ਕਰਦੇ ਆ ਤੁਹਾਡਾ ਕੀ ਨਾਮ ਸਸਖਾਲ ਜੀ ਹਰਨੂਰ ਅੱਛਾ ਹਰਨੂਰ ਸਿੰਘ ਅੱਛਾ ਹਰਨੂਰ ਜੀ ਤੁਸੀਂ ਕਿਵੇਂ ਇਹਨਾਂ ਦੇ ਨਾਲ ਤੁਸੀਂ ਟੀਮ ਦਾ ਹਿੱਸਾ ਹੋ ਕਿਵੇਂ ਅੱਜ ਕੀ ਫੀਲ ਹੋ ਰਿਹਾ ਹੈ ਕਿਉਂ ਜੀ ਖੁਸ਼ੀ ਹੈ ਅੱਜ ਬਿਲਕੁਲ ਜੀ ਮੈਂ ਮਤਲਬ 2014 ਤੋਂ ਮਤਲਬ ਇਹਨਾਂ ਬਾਰੇ ਸੁਣਿਆ ਸੀਗਾ ਆਪਣੇ ਬੇਸਿਕਲੀ ਮਦਰ ਵਾਸਤੇ ਮੈਂ 슈ਗਰ ਦੀ ਮੈਡੀਸਿਨ ਲੈਣ ਆਇਆ ਸੀਗਾ ਤੇ ਜਦੋਂ ਤੋਂ ਉਹਨਾਂ ਨੇ 2014 ਤੋਂ 2017 ਤੱਕ ਮੰਮਾ ਨੇ ਯੂਜ਼ ਕੀਤੀ ਮਦਰ ਦੀ ਤੇ ਇੱਕਦਮ ਇنسولিন ਲੈਵਲ ਵਗੈਰਾ ਉਹਨਾਂ ਦਾ ਡ੍ਰੌਪ ਇنسولিন ਲਗਾਉਂਦੇ ਸੀ ਉਹ ਯੂਜ਼ ਕਰਦੇ ਸੀਗੇ ਉਹ ਬੰਦ ਹੋ ਗਈ ਉਸ ਤੋਂ ਬਾਅਦ ਹੌਲੀ ਹੌਲੀ ਹੋਰ ਚੀਜ਼ਾਂ ਪਤਾ ਲੱਗਦੇ ਰਏ ਸੀ ਰਿਲੇਟਿਵਸ ਨੂੰ ਦੱਸਿਆ ਆਪਣੇ ਤੇ ਉਹਨਾਂ ਨੇ ਅੱਗੇ ਲਗਾਣੀ ਸ਼ੁਰੂ ਕੀਤੀ ਜਦੋਂ ਉਹ ਮੈਡੀਸਿਨ ਤੇ ਗਾਂ ਜਾਂਦੇ ਜਾਂਦੇ ਇਦਾਂ ਫਿਰ ਆਪ ਵੀ ਇਹਨਾਂ ਦੇ ਬਾਰੇ ਮੈਨੂੰ ਜਦੋਂ ਲੱਗਿਆ ਹੀ ਹਨਾ ਤੇ ਨਾਲ ਇਹਦੇ ਵਿੱਚ ਬਿਜ਼ਨਸ ਆਇਆ ਨਾਲ ਤੇ ਥੋੜਾ ਇਹਨੂੰ ਵਧੀਆ ਪ੍ਰੋਪਰਲੀ ਲੋਕਾਂ ਤੱਕ ਹਰ ਇੱਕ ਤੱਕ ਪੰਜਾਂਹ ਤੱਕ ਨੀੜੀ ਜਿਹੜੇ ਹੈਗੇ ਆ ਉਹਨਾਂ ਤੱਕ ਪੰਚਾਇਆ Amazon ਤੇ ਕੀਤੀ ਲਿਸਟਿੰਗ ਵਗੈਰਾ ਬਾਕੀ ਹੁਣ ਜ਼ਿਰਖਪੁਰ ਉੱਥੇ ਆਪ ਦੇਖਦੇ ਆਂ ਦੀ ਦੇਖਭਾਲ ਕਰਦੇ ਆਂ ਬਹੁਤ ਬਹੁਤ ਸ਼ੁਕਰੀਆ ਅੱਛਾ ਗੁਨਨ ਜੀ ਜਾਂਦੇ ਜਾਂਦੇ ਫਿਰ ਲੋਕਾਂ ਨੂੰ ਕੀ ਕਹੋਗੇ ਜਿਹੜਾ ਕਾਫਲਾ ਲਗਾਤਾਰ ਵੱਡਾ ਹੋ ਰਿਹਾ ਹੈ ਕੀ ਕਹੋਗੇ ਜਾਂਦੇ ਜਾਂਦੇ ਲੋਕਾਂ ਨੂੰ ਜਿਹੜੇ ਇਸ ਵੇਲੇ ਬਿਮਾਰੀਆਂ ਦੇ ਵਿੱਚ ਮੁਕਤਲਾ ਨੇ ਦੇਖੋ ਮੈਂ ਤਾਂ ਇਹ ਕਹਿਣਾ ਚਾਹਾਂਗਾ ਕਿ ਸਾਨੂੰ ਬਿਮਾਰੀਆਂ ਦੀ ਰੋਕਥਾਮ ਤੇ ਕੰਮ ਕਰਨੇ ਦੀ ਲੋੜ ਨਹੀਂ ਹੈਗੀ ਉਹ ਟਾਈਮ ਬਹੁਤ ਲੰਬਾ ਜਾ ਚੁੱਕਿਆ ਹੈ ਬਿਮਾਰੀਆਂ ਸਾਡੀ ਪਕੜ ਤੋਂ ਬਾਹਰ ਜਾ ਚੁੱਕੀਆਂ 60 75% ਪ੍ਰੋਬਲਮ ਜਦ ਬੋਡੀ ਦੇ ਵਿੱਚ ਅੰਦਰ ਹੋ ਜਾਂਦੀ ਹੈ ਫਿਰ ਬਾਹਰ ਸਿੰਪਟਮ ਦੇਣਾ ਸ਼ੁਰੂ ਕਰਦੀ ਆ ਉੱਥੇ ਸਾਡੇ ਪਰਹੇਜ ਨੇ ਫਿਰ ਕੁਝ ਨਹੀਂ ਕਰਨਾ ਹੈਗਾ ਅਸੀਂ ਨਾ ਕਿਸੇ ਨੂੰ ਪਰਹੇਜ ਕਰਨ ਨੂੰ ਕਹਿੰਦੇ ਆ ਅਸੀਂ ਸਿਰਫ ਇਹ ਕਹਿੰਦੇ ਵੀ ਧੁੰਨੀ ਵਿੱਚ ਦਵਾਈ ਪਾਓ ਸਰੀਰ ਨੂੰ ਤੰਦਰੁਸਤ ਬਣਾਓ ਧੁੰਨੀ ਵਿੱਚ ਦਵਾਈ ਪਾਓ ਪੰਜ ਤੱਤਾਂ ਨੂੰ ਬੈਲੈਂਸ ਵਿੱਚ ਲਿਆਓ ਧੁੰਨੀ ਵਿੱਚ ਦਵਾਈ वात पित्त ਕਫ ਨੂੰ ਬੈਲੈਂਸ ਵਿੱਚ ਲਿਆਓ ਤੁੰਨੀ ਵਿੱਚ ਦਵਾਈ ਪਾਓ ਗੁਪਤ ਤੇ ਭਿਆਨਕ ਪੁਰਾਣੇ ਰੋਗਾਂ ਤੋਂ ਰਾਹਤ ਪਾਓ ਤੁੰਨੀ ਵਿੱਚ ਦਵਾਈ ਪਾਓ ਕਬਜ ਤੇ ਗੁਪਤ ਰੋਗਾਂ ਤੇ ਰਾਹਤ ਪਾਓ ਅਸੀਂ ਸਿਰਫ ਇਹੀ ਕਹਿੰਦੇ ਪੰਜ ਤੱਤਾਂ ਨਾਲ ਜੁੜੋ ਪ੍ਰਕਿਰਤੀ ਨਾਲ ਜੁੜੋ ਤੁਹਾਡੇ ਸਰੀਰ ਨੇ ਜੇ ਕੋਈ ਰੋਗ ਪੈਦਾ ਕੀਤਾ ਹੈ ਤਾਂ ਤੁਹਾਡਾ ਸਰੀਰ ਹੀ ਉਸ ਨੂੰ ਠੀਕ ਕਰ ਸਕਦਾ ਹੈ ਸਾਨੂੰ ਮਿਲੋ ਤੇ ਆ ਕੇ ਗੱਲਬਾਤ ਕਰੋ ਵੀਰਵਾਰ ਨੂੰ ਅਸੀਂ ਨਹੀਂ ਮਿਲਦੇ ਬਾਕੀ ਦਿਨ ਜਰ ਮਰਜ਼ੀ ਤੁਸੀਂ ਕਨੋਲੀ ਬੈਰੀਅਰ ਤੇ ਆ ਸਕਦੇ ਆ ਜੇ ਤੁਸੀਂ ਠੀਕ ਹੋਵੋਗੇ ਤੁਹਾਡਾ ਪਰਿਵਾਰ ਠੀਕ ਹੋਊਗਾ ਤੁਹਾਡੇ ਬੱਚੇ ਠੀਕ ਹੋਣਗੇ ਔਰ ਤੰਦਰੁਸਤ ਸਮਾਜ ਹੋਊਗਾ ਜੀ ਸਿਰਫ ਇਹੀ ਅਸੀਂ ਕਹਿਣਾ ਚਾਹੁੰਗੇ ਬਸ ਜੀ ਜੀ ਬਹੁਤ ਬਹੁਤ ਸ਼ੁਕਰੀਆ ਇੱਕ ਵਾਰ ਫੇਰ ਤੁਹਾਨੂੰ ਪ੍ਰਾਈਡ ਆਫ ਪੰਜਾਬ ਅਵਾਰਡ ਮਿਲਣ ਦੇ ਕਰਕੇ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਹਕੀਕੀ ਟੀਵੀ ਪੰਜਾਬੀ ਦੀ ਟੀਮ ਵੱਲੋਂ ਦੇਖੋ ਇਹ ਮੈਂ ਬਹੁਤ ਬਹੁਤ ਸ਼ੁਕਰਾਨਾ ਕਰਦਾ ਉਹਨਾਂ ਲੋਕਾਂ ਦਾ ਜਿਨ੍ਹਾਂ ਨੇ ਮਤਲਬ ਸਾਡੀ ਮੈਡੀਸਿਨ ਨੂੰ ਯੂਜ਼ ਕੀਤਾ ਔਰ ਰਿਜ਼ਲਟ ਲਿਆ ਤੇ ਔਰ ਇਸ ਕਦਰ ਸਾਨੂੰ ਇੱਥੇ ਤੱਕ ਪਹੁੰਚਾ ਦਿੱਤਾ ਉਹਨਾਂ ਦੇ ਆਸ਼ੀਰਵਾਦ ਨੇ ਉਹਨਾਂ ਦੀ ਬਲੇਸਿੰਗਸ ਨੇ ਕਿ ਸਾਨੂੰ ਇਹ ਅਵਾਰਡ ਮਤਲ ਤਿਆਰ ਹੋਏ ਚੁਣੇਗੇ ਬਹੁਤ ਬਹੁਤ ਧੰਨਵਾਦ ਕਰਦਾ ਮੈਂ ਤੁਹਾਡਾ ਸਭ ਦਾ ਜੋ ਤੁਸੀਂ ਬਣਾ ਪਿਆਰ ਦਿੱਤਾ ਔਰ ਬਲੇਸਿੰਗਸ ਦਿੱਤੀ ਸਾਡੀ ਦਵਾਈ ਨੂੰ ਚੰਗੀ ਤਰ੍ਹਾਂ ਤਰੀਕੇ ਨਾਲ ਯੂਜ਼ ਕੀਤਾ ਔਰ ਅੱਛੇ ਰਿਜ਼ਲਟ ਲੈ ਕੇ ਤੁਸੀਂ ਆਪਣੇ ਆਪ ਨੂੰ ਪ੍ਰੈਕਟੀਕਲ ਕਰਕੇ ਠੀਕ ਕੀਤਾ ਤੇ ਬਾਕੀ ਬਹੁਤ ਬਹੁਤ ਧੰਨਵਾਦ ਆ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਸੋ ਇਹ ਸੰ ਕੁੰਦਨ ਸਿੰਘ ਤੇ ਮਾਨ ਜੋ ਆਪਣੀ ਟੀਮ ਦੇ ਨਾਲ ਰੈਡੀਸਨ ਬਲੂ ਹੋਟਲ ਦੇ ਵਿੱਚ ਲੁਧਿਆਣਾ ਦੇ ਵਿੱਚ ਆਏ ਸੀ ਜਿਨ੍ਹਾਂ ਨੂੰ ਸਨਮਾਨ ਦਿੱਤਾ ਗਿਆ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਵੱਲੋਂ ਔਰ ਉਹਨਾਂ ਦਾ ਕਹਿਣਾ ਹੈ ਕਿ ਤੁੰਨੀ ਦੇ ਨਾਲ ਜਿਹੜਾ ਇਲਾਜ ਕਰਨ ਦਾ ਨੁਸਖਾ ਹੈਗਾ ਇਹ ਵੈਦਾ ਦਾ ਗ੍ਰੰਥਾਂ ਦਾ ਬੜਾ ਪੁਰਾਤਨ ਨੁਸਖਾ ਹੈਗਾ ਔਰ ਜੇਕਰ ਕੋਈ ਕਿਸੇ ਨੂੰ ਇਹ ਵੀਡੀਓ ਦੇਖਣ ਤੋਂ ਬਾਅਦ ਕਿਸੇ ਤਰ੍ਹਾਂ ਦੇ ਮਨ ਦੇ ਵਿੱਚ ਕੋਈ ਸ਼ੰਕਾ ਕੋਈ ਸ਼ੱਕ ਪ੍ਰਗਟ ਹੁੰਦਾ ਤਾਂ ਇੱਕ ਨੰਬਰ ਹੈ ਜਿਹੜਾ ਜੀ ਨੀਚੇ ਅਸੀਂ ਚਲਾ ਰੱਖਿਆ ਗੁੰਦਨ ਸਿੰਘ ਤੇ ਮਾਨ ਹੋਰਾ ਦੀ ਟੀਮ ਦਾ ਉਸ ਬਰਦੀ ਉਤੇ ਕਾਲ ਕਰਕੇ ਤੁਸੀਂ ਆਪਣਾ ਸ਼ੰਕਾ ਕੋਈ ਸਵਾਲ ਹੈਗਾ ਉਹ ਤੁਸੀਂ ਕਰ ਸਕਦੇ ਹੋ ਫਿਰ ਵੀ ਤੁਹਾਡੇ ਮਨ ਦੇ ਵਿੱਚ ਕੋਈ ਸਵਾਲ ਪੈਦਾ ਹੁੰਦਾ ਤਾਂ ਤੁਸੀਂ ਕਮੈਂਟ ਬਾਕਸ ਦੇ ਵਿੱਚ ਆਪਣਾ ਸਵਾਲ ਛੱਡ ਸਕਦੇ ਹੋ ਤੇ ਅਸੀਂ ਕੋਸ਼ਿਸ਼ ਕਰਾਂਗੇ ਕੁੰਦਨ ਜੀ ਹੋਰਾਂ ਦੀ ਟੀਮ ਦੇ ਨਾਲ ਰابطਾ ਕਰਕੇ ਉਸ ਦਾ ਜਵਾਬ ਹੈ ਜਿਹੜਾ ਲਿਆ ਜਾ ਸਕੇ ਕਾਸਿਫ ਫਾਰੂਕੀ ਹਕੀਕਤ ਟੀਵੀ ਪੰਜਾਬੀ ਲੁਧਿਆਣਾ